ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੁਹਾਨੂੰ ਦਰਸ਼ਨ ਕਰਵਾਉਣੇ ਆ ਅਲੌਕਿਕ ਨਗਰ ਕੀਰਤਨ ਦੇ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਰਵਾਨਾ ਹੋਇਆ ਤਾਂ ਤੁਸੀਂ ਦਰਸ਼ਨ ਕਰੋ, ਦੇਖੋ ਕਿਵੇਂ ਲੱਖਾਂ ਦੀ ਗਿਣਤੀ 'ਚ ਸੰਗਤ ਇੱਥੇ ਪਹੁੰਚੀ ਹੋਈ ਹੈ ਦਰਸ਼ਨ ਦੀਦਾਰੇ ਕਰਨ ਦੇ ਲਈ, ਸ਼ਹੀਦਾਂ ਨੂੰ ਨਤਮਸਤਕ ਹੋਣ ਦੇ ਲਈ। ਜਿੱਥੋਂ ਤੱਕ ਵੀ ਤੁਹਾਡੀ ਨਜ਼ਰ ਜਾਏਗੀ ਕਿਧਰੇ ਤਿਲ ਸਿੱਟਣ ਨੂੰ ਥਾਂ ਨਹੀਂ ਤੁਹਾਨੂੰ ਨਜ਼ਰ ਆਏਗਾ। ਦੇਖੋ ਸੰਗਤ ਦੁਨੀਆ ਭਰ ਦੇ ਵਿੱਚੋਂ ਰੰਗ ਬਿਰੰਗੀਆਂ ਦਸਤਾਰਾਂ, ਅੱਜ ਇਹ ਦਸਤਾਰਾਂ ਦਿਖਾ ਰਹੀਆਂ ਨੇ ਕਿ ਕਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰ ਰਹੇ ਨੇ ਲੋਕ। ਸਾਹਿਬਜ਼ਾਦਿਆਂ ਦੀ ਬਖਸ਼ੀ ਹੋਈ ਦਸਤਾਰ, ਗੁਰੂਆਂ ਦੀ ਬਖਸ਼ੀ ਹੋਈ ਦਸਤਾਰ, ਸਾਹਿਬਜ਼ਾਦਿਆਂ ਨੇ ਦਸਤਾਰ ਦੀ ਖਾਤਰ ਸ਼ਹਾਦਤ ਦਿੱਤੀ। ਅੱਜ ਇਹ ਤਸਵੀਰ ਤੁਹਾਡੇ ਸਾਹਮਣੇ, ਨਗਰ ਕੀਰਤਨ ਪਾਲਕੀ ਸਾਹਿਬ, ਪਾਲਕੀ ਸਾਹਿਬ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਤੁਸੀਂ ਦਰਸ਼ਨ ਕਰ ਰਹੇ ਹੋ। ਗੁਰੂ ਕੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ, ਪਾਲਕੀ ਸਾਹਿਬ ਦੇ ਚਾਰੇ ਪਾਸੇ ਤੁਹਾਨੂੰ ਨੀਲੇ ਦੁਮਾਲੇ ਸਜੇ ਹੋਏ, ਦੁਮਾਲਿਆਂ 'ਤੇ ਖੰਡੇ, ਬੇਹੱਦ ਅਲੌਕਿਕ, ਬੇਹੱਦ ਮਨ ਨੂੰ ਸਕੂਨ ਦਿੰਦੀਆਂ ਤਸਵੀਰਾਂ ਸਾਹਿਬਜ਼ਾਦਿਆਂ ਨੇ ਜਿਸ ਕੌਮ ਦੀ ਖਾਤਰ, ਜਿਹੜੇ ਖਾਲਸੇ ਦੀ ਖਾਤਰ ਸ਼ਹਾਦਤ ਦਿੱਤੀ, ਜਿਸ ਧਰਮ ਦੀ ਖਾਤਰ ਸ਼ਹਾਦਤ ਦਿੱਤੀ, ਅੱਜ ਉਸ ਧਰਮ ਦੇ ਵਿੱਚ ਕਿਵੇਂ ਸਤਿਕਾਰ, ਕਿਵੇਂ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੈ। ਇਕੱਲਾ ਸਿੱਖ ਧਰਮ ਹੀ ਨਹੀਂ, ਚਾਹੇ ਕੋਈ ਹਿੰਦੂ ਹੋਵੇ, ਚਾਹੇ ਕੋਈ ਮੁਸਲਿਮ ਹੋਵੇ, ਚਾਹੇ ਕਿਸੇ ਵੀ ਧਰਮ ਨਾਲ ਜੁੜਿਆ ਹੋਇਆ ਕਿਉਂ ਨਾ ਹੋਵੇ, ਜਿਹੜਾ ਵੀ ਕੋਈ ਇਸ ਸ਼ਹਾਦਤ ਬਾਰੇ ਜਾਣਦਾ, ਇਸ ਸ਼ਹਾਦਤ ਨੂੰ ਪੜ੍ਹਦਾ ਤਾਂ ਉਹ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਾ, ਇਸ ਪਵਿੱਤਰ ਧਰਤੀ 'ਤੇ ਨਤਮਸਤਕ ਹੁੰਦਾ ਤਾਂ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਜਾ ਸਕੇ। ਔਰ ਉਸੇ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹੈ, ਹਰ ਪਾਸੇ ਤੁਹਾਨੂੰ ਸੰਗਤ ਨਜ਼ਰ ਆਏਗੀ, ਹਰ ਪਾਸੇ ਤੁਹਾਨੂੰ ਦੂਰ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਏਗੀ ਤੁਹਾਨੂੰ, ਹਾਲਾਂਕਿ ਅਸੀਂ ਜਿਸ ਜਗ੍ਹਾ 'ਤੇ ਮੌਜੂਦ ਹਾਂ ਉੱਥੋਂ ਕੁਝ ਏਰੀਏ ਦੀ, ਕੁਝ ਸੀਮਿਤ ਜਗ੍ਹਾ ਤੱਕ ਦੀ ਤਸਵੀਰ ਤੁਹਾਨੂੰ ਦਿਖਾ ਪਾ ਰਹੇ ਹਾਂ, ਪਰ ਜੇ ਤੁਸੀਂ ਦੂਰ ਤੱਕ ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਾਓ, ਮੈਂ ਆਪਣੀਆਂ ਅੱਖਾਂ ਨਾਲ ਜੋ ਦੇਖ ਪਾ ਰਿਹਾ ਉਹ ਤੁਹਾਨੂੰ ਦੱਸ ਪਾ ਰਿਹਾ ਹੋਵਾਂ, ਤਾਂ ਕਈ ਕਈ ਕਿਲੋਮੀਟਰ ਦੂਰ ਤੱਕ ਤੁਹਾਨੂੰ ਇਹ ਸੰਗਤ ਦੀਆਂ ਲਾਈਨਾਂ ਇਸੇ ਤਰ੍ਹਾਂ ਨਜ਼ਰ ਆਉਣਗੀਆਂ। ਔਰ ਇੱਕ ਖਾਸ ਚੀਜ਼ ਕਿ ਤੁਹਾਨੂੰ ਕੋਈ ਹੁੱਲੜਬਾਜ਼ੀ ਨਜ਼ਰ ਨਹੀਂ ਆਏਗੀ, ਕੀਰਤਨ ਤੁਹਾਨੂੰ ਸਰਵਣ ਹੋਏਗਾ, ਕੀਰਤਨ ਚੱਲ ਰਿਹਾ, ਸਾਹਿਬਜ਼ਾਦਿਆਂ ਦੀ ਉਸਤਤ ਹੋ ਰਹੀ ਹੈ, ਗੁਰੂ ਦੀ ਉਸਤਤ ਹੋ ਰਹੀ ਹੈ, ਗੁਰੂਆਂ ਦਾ ਜਸ ਗਾਇਆ ਜਾ ਰਿਹਾ ਔਰ ਬੇਹੱਦ ਸਹਿਜਤਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਨਗਰ ਕੀਰਤਨ ਦੇ ਨਾਲ ਚੱਲ ਰਹੀ ਹੈ। ਹਾਲਾਂਕਿ ਨਾਲ ਪ੍ਰਸ਼ਾਸਨ ਦੀਆਂ ਗੱਡੀਆਂ, ਕਿਉਂਕਿ ਵੱਡੀ ਗਿਣਤੀ ਵਿੱਚ ਉਹ ਸੰਗਤ ਪਹੁੰਚਦੀ ਹੈ ਤਾਂ ਉੱਥੇ ਹਰ ਤਰ੍ਹਾਂ ਦਾ ਪ੍ਰਬੰਧ ਦੀ ਲੋੜ ਪੈਂਦੀ ਹੈ, ਰੱਬ ਨਾ ਕਰੇ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ, ਪਰ ਪ੍ਰਸ਼ਾਸਨ ਇਤਿਆਦਨ ਪ੍ਰਬੰਧ ਰੱਖਦਾ, ਕਈ ਵਾਰ ਕੋਈ ਢਿੱਲਾ ਮੱਠਾ ਹੋ ਜਾਂਦਾ, ਕਈ ਵਾਰ ਕੋਈ ਕੁਝ ਵੀ ਚੀਜ਼ਾਂ ਵਾਪਰ ਜਾਂਦੀਆਂ ਤਾਂ ਉਹਦੇ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ। ਔਰ ਗੁਰੂ ਸਾਹਿਬ ਦੀ ਪਵਿੱਤਰ ਹਜ਼ੂਰੀ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਔਰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ
ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਯਾਨੀ ਸ਼ਹੀਦੀ ਅਸਥਾਨ ਤੋਂ ਸੰਸਕਾਰ ਅਸਥਾਨ ਤੱਕ ਇਹ ਨਗਰ ਕੀਰਤਨ ਸਜਾਇਆ ਜਾਂਦਾ ਹੈ।